ਹਾਂਜੀ ਦੋਸਤੋ, ਇਹ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਜਿਵੇਂ ਕਿ ਬਹੁਤ ਕਈ ਥਾਂ 'ਤੇ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਤੂਫਾਨ, ਅਤੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੜੇ ਮਾਰੀ ਦੀਆਂ, ਅਤੇ ਗੜੇ ਵੀ ਬਹੁਤ ਮੋਟੇ ਪੈਣ ਲੱਗੇ ਸ਼ੁਰੂ ਹੋ ਗਏ ਨੇ ਜੀ। ਅਤੇ ਇਹ ਪਟਿਆਲਾ ਜ਼ਿਲ੍ਹਾ ਦਾ ਨਾਭਾ ਦੇ ਨੇੜੇ ਤੋਂ ਲਾਈਵ ਸ਼ੇਅਰ ਕਰੇ ਜੀ। ਬਹੁਤ ਤੇਜ਼ ਵੱਧਦੇ ਜਾ ਰਹੇ ਨੇ ਜੀ ਗੜੇ, ਬਹੁਤ ਮੋਟੇ ਗੜੇ ਪੈਣ ਲੱਗ ਗਏ ਨੇ ਜੀ। ਅੱਜ ਸਵੇਰ ਤੋਂ ਹੀ ਜ਼ਿਲ੍ਹਾ ਗੁਰਦਾਸਪੁਰ, ਜਲਾਲਾਬਾਦ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਇਹਨਾਂ ਭਾਗਾਂ ਦੇ ਵਿੱਚ ਮੀਂਹ ਜਿਹੜਾ ਪੈ ਰਿਹਾ ਸੀ। ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਤਰਨ ਤਾਰਨ ਸਾਹਿਬ, ਦੋਸਤੋ ਗੜੇਮਾਰੀ ਬੜੀ ਤੇਜ਼ ਹੁੰਦੀ ਜਾ ਰਹੀ ਹੈ। ਅਤੇ ਦੋਸਤੋ ਤੁਸੀਂ ਵੀ ਆਪਣਾ ਬਚਾਅ ਰੱਖੋ, ਕਿਰਪਾ ਕਰਕੇ। ਮੌਸਮ ਬਹੁਤ ਖਰਾਬ ਹੋ ਗਿਆ ਜੀ, ਅਤੇ ਬਹੁਤ ਹੀ ਵਿੱਚ ਕਿੰਨੀ ਜ਼ੋਰਦਾਰ, ਬਹੁਤ ਮੋਟੇ ਗੜੇ ਪੈ ਰਹੇ ਨੇ। ਉੱਪਰ ਵੱਜ ਕੇ ਕਿਵੇਂ ਖੇਡ ਰਹੇ ਨੇ, ਅੱਗੇ ਸਭ ਤੋਂ ਟਿਕੇ ਪੜਦੀ ਹੈ। ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਦੀ। ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਗੜੇਮਾਰੀ। ਦੀਵਾਰ ਦੇ ਨਾਲ ਦੇਖੋ, ਤੁਸੀਂ ਦੇਖ ਸਕਦੇ ਕਿਵੇਂ ਇਕੱਠੇ ਹੋਣ ਲੱਗ ਗਏ ਨੇ, ਬਹੁਤ ਹੀ ਮੋਟੇ ਨੇ ਜੀ। ਜਿਹੜੇ ਜੀਵ ਜੰਤ ਨੇ, ਪਸ਼ੂ ਪੰਛੀ ਨੇ, ਪਰਮਾਤਮਾ ਸਭ 'ਤੇ ਮਿਹਰ ਰੱਖੇ ਜੀ। ਬੱਦਲ ਬਹੁਤ ਕੜਕ ਰਿਹਾ, ਅਤੇ ਜਿਹੜੀਆਂ ਸਮਿੰਟ ਦੀਆਂ ਚਾਦਰਾਂ ਜਿਹੀਆਂ ਨੇ ਉਹ ਵੀ ਅਸੀਂ, ਚਲੋ ਤੁਹਾਨੂੰ ਨਹੀਂ ਇਸ ਵਕਤ ਲਾਈਵ ਦਿਖਾ ਸਕਦੇ। ਸਾਹਮਣੇ ਚਾਦਰ ਦੀ ਜਿਹੜੀ ਉਹ ਕੁਰਸੀ ਪੁੱਛੀ ਹੈ, ਉਹਦੇ ਨਾਲ ਬੜੀ ਵਾਰੀ ਬਹੁਤ ਤੇਜ਼ ਹੋ ਗਈ ਹੈ ਜੀ। ਬੇਸ਼ੱਕ ਸਰਸ ਦੇ ਉੱਪਰ ਵੱਜ ਕੇ ਸਾਰੇ ਚੰਦਰਾ ਜਿਹੜਾ ਗੜੇ ਉੱਟ ਰਹੇ ਨੇ, ਪਰ ਫਿਰ ਵੀ ਵੇਖੋ ਤੁਸੀਂ ਦੇਖ ਸਕਦੇ ਤਹਿ ਲੱਗਦੀ ਜਾ ਰਹੀ ਹੈ ਨਾਲ ਇਹ ਨਾਭਾ ਏਰੀਆ ਦਾ। ਅਤੇ ਅੱਗੇ ਨੂੰ ਜਿਹੜਾ ਇਹ ਬੱਦਲ ਹੈ, ਸਮਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਹਰਿਆਣਾ ਦੇ ਅੰਬਾਲਾ, ਕਰਨਾਲ, ਇਹ ਸਾਈਡ ਵੱਲ ਨੂੰ ਵੱਧ ਰਿਹਾ। ਅਤੇ ਪਰਮਾਤਮਾ ਸੁੱਖ ਰੱਖੇ ਸਿਰਸੇ ਵੱਲ ਨੂੰ ਅੱਗੇ, ਇਸ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਵੱਲ ਨੂੰ ਵੱਧ ਰਿਹਾ ਜੀ ਇਹ ਬੱਦਲ। ਅਤੇ ਸਭ ਠੀਕ ਠਾਕ ਹੀ ਹੋਵੇ ਜੀ, ਵਿਚਾਰ ਹੋਵੇ। ਬਹੁਤ ਤੇਜ਼ ਤੂਫਾਨ ਚੱਲ ਰਿਹਾ ਜੀ, ਅਤੇ ਲਾਈਵ ਤਸਵੀਰਾਂ ਨੇ